ਪਾਕਿਸਤਾਨ ਦੀ ਇਟਸ ਮੱਚ ਮੋਰ ਦੈਨ ਦ ਅਦਰ ਕੰਟਰੀਜ਼, ਠੀਕ ਹੈ। ਨੰਬਰ ਟੂ ਇਹ ਕਿ ਉਹ ਅੱਛੀ ਕੁਆਲਿਟੀ ਦਾ ਆਇਲ ਇਸਤੇਮਾਲ ਕਰੋ, ਕੋਸ਼ਿਸ਼ ਕਰੋ ਕਿ ਤੁਸੀਂ ਓਲਿਵ ਆਇਲ ਜਾਂ ਕੈਨੋਲਾ ਆਇਲ ਉਹਨੂੰ ਲਵੋ, ਕਿਉਂਕਿ ਉਹਦੇ ਵਿੱਚ ਟਰਾਂਸ ਫੈਟਸ ਘੱਟ ਹੁੰਦੇ ਸਿਹਤ ਦੇ ਉੱਤੇ। ਪਾਕਿਸਤਾਨ ਦੇ ਵਿੱਚ ਜਿੰਨੀਆਂ ਕਾਰਡੀਓ ਵੈਸਕੂਲਰ ਡਿਜ਼ੀਜ਼ ਆ ਰਹੀਆਂ ਨੇ, ਉਹਦੀ ਮੇਨ ਵਜ੍ਹਾ ਕਿ ਅਸੀਂ ਇੱਕ ਤੇ ਆਇਲ ਜ਼ਿਆਦਾ ਇਸਤੇਮਾਲ ਕਰ ਰਹੇ ਹਾਂ, ਦੂਸਰਾ ਘੱਟ ਕੁਆਲਿਟੀ ਦਾ ਆਇਲ ਇਸਤੇਮਾਲ ਕਰ ਰਹੇ ਹਾਂ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਆਇਲ ਜਿਹੜਾ ਹੈ ਉਹ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ। ਸਾਈ ਸਾਹਿਬ, ਇਹ ਦੱਸੋ ਕਿ ਮਹਿਕਮਾ ਤਾਂ ਬੜਾ ਕੰਮ ਕਰ ਰਿਹਾ ਕਿ ਲੋਕ ਜਿਹੜੇ ਨੇ ਉਹ ਅੱਛੀ ਖੁਰਾਕ ਜਿਹੜੀ ਹੈ ਜਾਂ ਗਜ਼ਾ ਜਿਹੜੀ ਉਹ ਲੋਕਾਂ ਨੂੰ ਮੁਹੱਈਆ ਕਰਨ, ਅਤੇ ਸਾਡੀ ਬਤੌਰ ਸ਼ਹਿਰੀ ਸਾਡੀ ਜ਼ਿੰਮੇਦਾਰੀਆਂ ਕੀ ਨੇ ਕਿ ਅਸੀਂ ਸਿਰਫ ਡੰਡੇ ਖਾ ਕੇ ਅਤੇ ਜੁਰਮਾਨੇ ਕਰਾ ਕੇ ਬਾਜ਼ ਆਉਣਾ ਜਾਂ ਕਿ ਅਸੀਂ ਵੈਸੇ ਵੀ ਠੀਕ ਹੋ ਸਕਦੇ ਹਾਂ? ਡਾਕਟਰ ਸਾਹਿਬ, ਬਿਲਕੁਲ, ਜਿਵੇਂ ਡਾਕਟਰ ਆਸਮ ਸਾਹਿਬ ਗੱਲ ਕਰ ਰਹੇ ਸਨ ਕਿ ਸਾਡੀ ਆਪਣੀ ਵੀ ਜ਼ਿੰਮੇਦਾਰੀ ਹੈ ਜੀ, ਉਹ ਤਾਂ ਬਹੁਤ ਸਾਰੇ ਇਨੀਸ਼ੀਏਟ ਕਰ ਰਹੇ ਨੇ, ਬਹੁਤ ਸਾਰੀਆਂ ਚੀਜ਼ਾਂ ਨੂੰ ਵੇਖ ਵੀ ਰਹੇ ਨੇ, ਮੋਨੀਟਰ ਵੀ ਕਰ ਰਹੇ ਨੇ, ਰੋਜ਼ਾਨਾ ਰੇਡਸ ਵੀ ਕਰ ਰਹੇ ਨੇ, ਇੰਸਪੈਕਸ਼ਨ ਵੀ ਕਰ ਰਹੇ ਨੇ। ਮਸਲਾ ਤਾਂ ਮੇਰੀ ਸਿਹਤ ਦਾ ਨਾ, ਮੇਰੀ ਸਿਹਤ ਲਈ ਕਰ ਰਹੇ ਨੇ, ਤੁਹਾਡੀ ਸਿਹਤ ਲਈ ਕਰ ਰਹੇ ਨੇ, ਇਹਦੇ ਲਈ ਸਾਨੂੰ ਖੁਦ ਵੀ ਤਾਂ ਕੁਛ ਨਾ ਕੁਛ ਹਿੱਸਾ ਪਾਉਣਾ ਚਾਹੀਦਾ ਨਾ। ਅਗਰ ਕਿਸੇ ਜਗ੍ਹਾ 'ਤੇ ਅਸੀਂ ਮਰੀ ਮੁਰਗੀ ਵੇਖ ਰਹੇ ਹਾਂ ਇਸਤੇਮਾਲ ਹੋ ਰਹੀ ਹੈ, ਕਿਸੇ ਜਗ੍ਹਾ 'ਤੇ ਅਸੀਂ ਵੇਖ ਰਹੇ ਹਾਂ ਕੋਈ ਮਰਿਆ ਜਾਨਵਰ ਜ਼ਿਬਾ ਕਰਕੇ ਅਤੇ ਲੋਕਾਂ ਨੂੰ ਗੋਸ਼ ਦਿੱਤਾ ਜਾ ਰਿਹਾ ਹੈ, ਕਿਸੇ ਰੈਸਟੋਰੈਂਟ 'ਤੇ ਬਾਸੀ ਜਿਹੜਾ ਚੀਜ਼ਾਂ ਨੇ ਉਹ ਵੇਚੀਆਂ ਜਾ ਰਹੀਆਂ ਨੇ, ਤਾਂ ਸਾਨੂੰ ਰਿਪੋਰਟ ਕਰਨਾ ਚਾਹੀਦਾ, ਸਾਨੂੰ ਖੁਦ ਵੀ ਤਾਂ ਇਸ ਕੰਪੇਨ ਦਾ ਬਹੁਤ ਸੋਹਣੀ ਗੱਲ ਜੀ। ਲੋ ਜਨਾਬ ਅਲੀ, ਡੀ ਜੀ ਸਾਹਿਬ ਤੁਹਾਡੀ ਜਿਹੜੀ ਆਮਦ ਹੈ ਉਹਦਾ ਫਾਇਦਾ ਚੁੱਕ ਲਈਏ। ਅਸੀਂ ਸਾਈ ਸਾਹਿਬ ਤੁਸੀਂ ਸੁਣ ਰਹੇ ਹੋ ਨਾ, ਅਸੀਂ ਜਾਂਦੇ ਹਾਂ ਸ਼ਾਦੀ ਵਿਆਹ 'ਤੇ, ਹੁਣ ਇੱਕ ਮੇਜ਼ਬਾਨ ਹੈ ਅਤੇ ਇੱਕ ਮਹਿਮਾਨ ਹੈ। ਮਹਿਮਾਨ ਇਸ ਲਈ ਨਹੀਂ ਬੋਲਦਾ ਕਿ ਮੇਜ਼ਬਾਨ ਦਾ ਮਾਮਲਾ ਉਹਦੀ ਬੇਟੀ ਦਾ ਜਾਂ ਬੇਟੀ ਦੀ ਸ਼ਾਦੀ ਦਾ ਮਾਮਲਾ ਹੈ, ਉਹ ਵੀ ਚੁੱਪ ਹੈ। ਉਹਦੇ ਵਿੱਚ ਦੋ ਕਿਸਮ ਦਾ ਫੂਡ ਹੁੰਦਾ ਹੈ, ਇੱਕ ਫੂਡ ਹੁੰਦਾ ਜਿਹੜਾ ਬਾਸੀ ਹੁੰਦਾ ਪੁਰਾਣਾ, ਇੱਕ ਉਹਦੇ 'ਚ ਨਵਾਂ ਹੁੰਦਾ। ਇੱਕ ਟ੍ਰੇ ਦੇ ਵਿੱਚ ਜਿਹੜਾ ਆਉਂਦਾ ਹੈ ਖਾਣਾ ਉਹ ਗੋਸ਼ਤ ਗਲਿਆ ਹੁੰਦਾ, ਦੂਸਰੇ ਦੇ ਵਿੱਚ ਨਹੀਂ ਗਲਿਆ ਹੁੰਦਾ। ਕਿਆ ਇਸ ਪਾਸੇ ਵੀ ਤੁਹਾਡੀ ਨਿਗਾਹ ਹੈ ਵੇ? ਦੇਖੋ, ਬੜਾ ਅੱਛਾ ਤੁਸੀਂ ਕੁਐਸਚਨ ਜਿਹੜਾ ਨਾ ਉਹ ਪੁੱਟ ਕੀਤਾ ਹੈ। ਫੂਡ ਅਥਾਰਟੀ ਜਿਹੜਾ ਮੈਰਿਜ ਹਾਲਸ ਦੀ ਵੀ ਇੰਸਪੈਕਸ਼ਨ ਕਰ ਰਹੀ ਹੁੰਦੀ ਹੈ। ਵੀ ਨੋ ਕਿ ਨੋਰਮਲੀ ਵੀਕੈਂਡਸ ਦੇ ਉੱਤੇ ਸ਼ਾਦੀਆਂ ਹੁੰਦੀਆਂ ਨੇ, ਸਾਡੀਆਂ ਜਿਹੜੀਆਂ ਫੂਡ ਸੇਫਟੀ ਟੀਮਸ ਨੇ ਉਹ ਮੈਰਿਜ ਹਾਲਸ ਨੂੰ ਵਿਜ਼ਿਟ ਕਰਦੀਆਂ ਨੇ। ਸਾਨੂੰ ਪਤਾ ਕਿ ਮੈਰਿਜਸ ਦਾ ਇੱਕ ਸਾਈਕਲ ਹੁੰਦਾ, ਰਮਜ਼ਾਨ ਤੋਂ ਪਹਿਲੇ, ਰਮਜ਼ਾਨ ਤੋਂ ਬਾਅਦ, ਫਿਰ ਸਰਦੀਆਂ ਵਾਲਾ ਜਦੋਂ ਸਾਈਕਲ ਆਉਂਦਾ ਅਤੇ ਉਸ ਵਕਤ ਅਤੇ ਉਹ ਸਪੈਸ਼ਲ ਟੀਮਾਂ ਜਿਹੜੀਆਂ ਨੇ ਤਸ਼ਕੀਲ ਦਿੱਤੀਆਂ ਜਾਂਦੀਆਂ ਨੇ। ਔਰ ਸਾਡਾ ਫੂਡ ਸੇਫਟੀ ਸਿਰਫ ਰੈਸਟੋਰੈਂਟ ਦੇ ਉੱਤੇ ਨਹੀਂ ਹੈ, ਠੀਕ ਹੈ, ਫੂਡ ਪ੍ਰੋਸੈਸਿੰਗ ਯੂਨਿਟਸ ਦੇ ਉੱਤੇ ਵੀ ਹੈ। ਉਹ ਬੈਕਐਂਡ ਦੇ ਉੱਤੇ ਜਿੱਥੋਂ ਫਾਰ ਐਗਜ਼ਾਮਪਲ ਮਸਾਲਾ ਜਾਤ ਆ ਰਹੇ ਨੇ, ਯੂ ਨੇਮ ਐਨੀ ਫੂਡ ਆਈਟਮਸ, ਫੂਡ ਅਥਾਰਟੀ ਉਹਦੇ ਉੱਤੇ ਇੱਕ ਤਾਂ ਯੀਅਰਲੀ ਨਹੀਂ ਹੈ ਕਿ ਜਿਹੜੇ ਬੜੇ ਵੱਡੇ ਵੱਡੇ ਨਾਂ ਨੇ ਮੈਰਿਜ ਹਾਲ ਦੇ, ਉਹ ਜਿਹੜੇ ਨੇ ਉੱਥੇ ਕੋਈ ਐਸਾ ਨਹੀਂ ਕਿ ਜਿਹੜਾ ਤੁਹਾਡਾ ਬੰਦਾ ਜਿਹੜਾ ਸ਼ਾਮ ਦਾ ਟਾਈਮ ਹੁੰਦਾ 6 ਤੋਂ 10 ਵਜੇ ਜਾਂ 7 ਤੋਂ 10 ਵਜੇ, ਉਸ ਟਾਈਮ ਦੇ ਵਿੱਚੋਂ ਜਾ ਕੇ ਇੰਸਪੈਕਸ਼ਨ ਕਰੇ? ਦੇਖੋ, ਮੈਂ ਇਹ ਅਰਜ਼ ਕਰ ਰਿਹਾ ਕਿ ਸਾਡੀ ਉਹ ਕੈਂਪੇਨਸ ਜਿਹੜੀਆਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ, ਥਰੂ ਆਊਟ ਦਾ ਈਅਰ ਚੱਲਦੀਆਂ ਰਹਿੰਦੀਆਂ ਨੇ। ਔਰ ਜਿਹੜੀ ਫੂਡ ਸੇਫਟੀ ਟੀਮਸ ਹੈ ਉਹ ਮੈਰਿਜ ਹਾਲਸ ਦਾ ਵੀ ਜਿਹੜਾ ਨਾ ਵਿਜ਼ਿਟ ਕਰ ਰਹੇ ਹੁੰਦੇ ਨੇ। ਅਗਰ ਕਿਸੇ ਵੀ ਜਗ੍ਹਾ 'ਤੇ ਉੱਤੇ ਇਸ਼ੂ ਆਉਂਦਾ ਤਾਂ ਉਹ ਜਿਹੜਾ ਜ਼ਰੂਰੀ ਐਕਸ਼ਨ ਹੈ ਉਹ ਲਿਆ ਜਾਂਦਾ। ਜੁਰਮਾਨਾ ਕਿੰਨਾ ਕਰਦੇ? ਡਿਪੈਂਡਸ ਉਪਾਨ ਕਿ ਉਹ ਹਾਲ ਕਿੰਨਾ ਵੱਡਾ, ਬਾਜ਼ੂਕਾਤ 5 ਲੱਖ ਵੀ ਫਾਈਨ ਕਰਨਾ ਪੈ ਜਾਂਦਾ, ਬਾਜ਼ੂਕਾਤ 2 ਲੱਖ, 1 ਲੱਖ, ਕਿ ਉਹਨਾਂ ਕੋਲ ਕਿੰਨੇ ਕਸਟਮਰ ਬੈਠੇ ਨੇ। ਨੰਬਰ 2 ਹੈ ਕਿ ਉਹ ਵਾਇਲੇਸ਼ਨ ਕਿੰਨੀ ਕਰ ਰਹੇ ਨੇ। ਅੱਛਾ, ਇੱਕ ਚੀਜ਼ ਹੋਰ ਪੁੱਛਣਾ ਚਾਹਾਂਗਾ, ਇੱਕ ਪਾਰਟੀ ਨੂੰ ਤੁਸੀਂ ਪਕੜ ਲਿਆ, 5 ਲੱਖ ਰੁਪਏ ਫਾਈਨ ਕਰਤਾ, ਅਗਲੇ ਹਫ਼ਤੇ ਫਿਰ ਉਹੀ ਉਹ ਕੰਮ ਕਰ ਰਹੇ? ਫਿਰ ਦੇਖੋ, ਇਹ ਤਾਂ ਇੱਕ ਮੈਂ ਇਹ ਸਮਝਦਾ ਵਾਂ ਕਿ ਸੁਸਾਇਟੀ ਨੂੰ ਅਦਰਵਾਈਜ਼ ਵੀ ਇੱਕ ਅਵੇਅਰਨੈਸ ਦੀ ਜ਼ਰੂਰਤ ਹੈ। ਅਸੀਂ ਆਪਣੇ ਥੋੜ੍ਹੇ ਸਾਰੇ ਮੁਨਾਫੇ ਦੇ ਖਾਤਰ ਅੱਗੇ
ਸੁਸਾਇਟੀ ਨੂੰ ਜਾਂ ਪਬਲਿਕ ਐਟ ਲਾਰਜ ਨੂੰ ਗਲਤ ਜਾਂ ਗੈਰ ਮੁਨਾਸਿਬ ਔਰ ਲੋਅ ਕੁਆਲਿਟੀ ਦਾ ਖਾਣਾ ਖਵਾ ਰਹੇ ਹਾਂ, ਵੀ ਆਰ ਕ੍ਰਿਮੀਨਲ ਦੈਨ, ਠੀਕ ਹੈ। ਉਹਨਾਂ ਵਾਸਤੇ ਕੋਈ ਟੋਲਰੈਂਸ ਨਹੀਂ, ਠੀਕ ਹੈ। ਔਰ ਜਿਹੜੇ ਰਿਪੀਟਿਡਲੀ ਇੱਕ ਕ੍ਰਾਈਮ ਨੂੰ ਕਮਿਟ ਕਰਦੇ ਨੇ, ਸਾਡੇ ਕੋਲ ਪੂਰੀ ਇੰਸਪੈਕਸ਼ਨ ਹਿਸਟਰੀ ਹੁੰਦੀ ਹੈ। ਅੱਛਾ, ਅਗਰ ਇੱਕ ਬੰਦਾ ਬਾਹਰ ਕੰਪਿਊਟਰਾਈਜ਼, ਬਿਲਕੁਲ ਸਾਰਾ ਮੈਕੈਨਿਜ਼ਮ ਸਾਡਾ ਕੰਪਿਊਟਰਾਈਜ਼ਡ ਹੈ, ਅਗਰ ਉਹ ਬਾਰ ਬਾਰ ਵਾਇਓਲੇਸ਼ਨ ਕਰ ਰਿਹਾ ਤਾਂ ਫਿਰ ਅਸੀਂ ਉਹਨੂੰ ਸਖਤ ਉਹਦੇ 'ਤੇ ਐਕਸ਼ਨ ਲੈਣਾ ਹੈ। ਰੋਜੀ ਆਸਮ ਸਾਹਿਬ, ਆਖਰੀ ਸਵਾਲ ਪੁੱਛਣਾ ਚਾਹਾਂਗਾ ਕਿ ਤੁਸੀਂ ਫੂਡ ਦੀ ਗੱਲ ਕਰ ਰਹੇ ਹੋ, ਜਿੱਥੇ ਫੂਡ ਹੋਏਗਾ ਉੱਥੇ ਨਿਊਟ੍ਰੀਸ਼ਨ ਔਰ ਡਾਇਟ ਦੀ ਵੀ ਗੱਲ ਹੋਏਗੀ, ਉਹਦੇ ਬਾਰੇ ਵੀ ਜ਼ਰਾ ਮੁਖਤਸਰ ਜਿਹਾ ਸਾਡੇ ਨਾਜ਼ਰੀਨ ਨੂੰ ਦੱਸ। ਦੇਖੋ, ਮੈਂ ਇਹ ਸਮਝਦਾ ਵਾਂ ਕਿ ਅੱਲਾਹ ਤਾਲਾ ਦੀ ਨਿਮਤ ਜ਼ਿੰਦਗੀ ਦੇ ਬਾਅਦ ਸਭ ਤੋਂ ਵੱਡੀ ਨਿਮਤ ਜਿਹੜੀ ਹੈ ਅੱਛੀ ਸਿਹਤ ਹੈ। ਅੱਛੀ ਸਿਹਤ ਵਾਸਤੇ ਅੱਛੀ ਖੁਰਾਕ ਜ਼ਰੂਰੀ ਹੈ, ਠੀਕ ਹੈ। ਔਰ ਅਗਰ ਖੁਰਾਕ ਅੱਛੀ ਹੋਏਗੀ ਤਾਂ ਹੋਸਪਿਟਲਸ ਦੇ ਉੱਤੇ ਲੋਡ ਵੀ ਘੱਟ ਹੋਏਗਾ, ਠੀਕ ਹੈ। ਅੱਛੀ ਡਾਇਟ ਦੇ ਵਿੱਚ ਇਵੇਂ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਅਰਜ਼ ਕੀਤਾ ਕਿ ਤੁਸੀਂ ਆਪਣਾ ਸ਼ੂਗਰ ਕੰਟੈਂਟ ਨੂੰ ਘੱਟ ਕਰੋ, ਤੁਸੀਂ ਆਇਲ ਕੰਟੈਂਟ ਨੂੰ ਘੱਟ ਕਰੋ, ਤੁਸੀਂ ਜਿਹੜੀ ਸ਼ੂਗਰ ਜਿਹੜੀ ਹੈ ਵੀਟ ਤੋਂ ਜਾਂ ਰਾਈਸ ਤੋਂ ਲੈ ਰਹੇ ਹੋ ਜਾਂ ਫਰੂਟ ਦੀ ਸ਼ੂਗਰ, ਠੀਕ ਹੈ। ਤੁਸੀਂ ਫਰੂਟ ਕੰਟੈਂਟ ਜ਼ਿਆਦਾ ਕਰੋ, ਤੁਸੀਂ ਸਬਜ਼ੀ ਕੰਟੈਂਟ ਜ਼ਿਆਦਾ ਕਰੋ, ਤੁਸੀਂ ਦੁੱਧ ਦਾ ਕੰਟੈਂਟ ਜ਼ਿਆਦਾ ਕਰੋ। ਫੋਰ ਦੈਟ ਮੈਟਰ, ਅਸੀਂ ਬੜੀ ਜਲਦੀ ਜਿਹੜਾ ਹੈ ਖਵਾਤੀਨ ਦੇ ਹਵਾਲੇ ਨਾਲ ਸਕੂਲਸ ਦੇ ਵਿੱਚ, ਕਾਲਜਿਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਇੱਕ ਮੁਹਿੰਮ ਸਟਾਰਟ ਕਰ ਰਹੇ ਹਾਂ, ਹੈਲਦੀ ਵੀਮੈਨ ਕੈਂਪੇਨ, ਈਟ ਹੈਲਦੀ ਵੀਮੈਨ ਕੈਂਪੇਨ। ਉਹਦਾ ਮਕਸਦ ਹੀ ਇਹ ਵੇ ਕਿ ਅਵੇਅਰਨੈਸ ਪ੍ਰੋਵਾਈਡ ਕੀਤੀ ਜਾਏ ਔਰ ਦੱਸਿਆ ਜਾਏ ਕਿ ਸਾਡੀ ਖੁਰਾਕ 'ਚ ਇਹ ਇਸ਼ੂਜ਼ ਆ ਰਹੇ ਨੇ। ਜਨਾਬ ਆਸਮ ਸਾਹਿਬ, ਇਸ ਮੌਕੇ 'ਤੇ ਤੁਸੀਂ ਜਿਹੜੇ ਨਾਜ਼ਰੀਨ ਪ੍ਰੋਗਰਾਮ ਵੇਖ ਰਹੇ ਨੇ, ਉਹਨਾਂ ਨੂੰ ਕੋਈ ਪੈਗਾਮ ਦੇਣਾ ਪਸੰਦ ਕਰੋਗੇ? ਮੈਂ ਇਹੀ ਪੈਗਾਮ ਦੇਵਾਂਗਾ ਕਿ ਆਪਣੀ ਸਿਹਤ ਦਾ ਖਿਆਲ ਰੱਖੋ, ਅੱਛਾ ਖਾਓ, ਮਿਆਰੀ ਖਾਓ, ਖਾਣ ਦੇ ਨਾਲ ਨਾਲ ਕੁਛ ਵਾਕ ਕਰੋ ਔਰ ਘੱਟ ਖਾਓ। ਅਗਰ ਤੁਹਾਨੂੰ ਭੁੱਖ ਜਿਹੜੀ ਹੈ ਦੋ ਰੋਟੀਆਂ ਦੀ ਹੈ, ਅਗਰ ਤੁਸੀਂ ਡੇਢ ਰੋਟੀ ਖਾਓਗੇ ਤੇ ਇਹ ਤੁਹਾਡੀ ਹੈਲਥ ਵਾਸਤੇ ਅੱਛਾ ਬਿਹਤਰ ਹੋਏਗਾ। ਰਾਤ ਦਾ ਖਾਣਾ ਜਲਦੀ ਖਾਓ ਔਰ ਉਸ ਤੋਂ ਬਾਅਦ ਥੋੜ੍ਹੀ ਸਾਰੀ ਵਾਕ ਕਰੋ। ਜਿਹੜੇ ਲੋਕ ਬੇਈਮਾਨੀ ਕਰ ਰਹੇ ਨੇ ਫੂਡ ਦੇ ਵਿੱਚ, ਉਹਨਾਂ ਨੂੰ ਵੀ ਕੁਛ ਦੱਸੋ ਜੀ। ਉਹਨਾਂ ਵਾਸਤੇ ਤਾਂ ਜ਼ੀਰੋ ਟੋਲਰੈਂਸ ਹੈ, ਠੀਕ ਹੈ। ਉਹਨਾਂ ਦੇ ਉੱਤੇ ਕੋਈ ਮਾਫ਼ੀ ਨਹੀਂ, ਜਿੱਥੇ FIR ਕਰਨੀ ਪਈ FIR ਕਰਾਂਗੇ, ਜਿੱਥੇ ਕੋਈ ਵੀ ਵਾਇਲੇਸ਼ਨ ਜਿਹੜਾ ਕਰ ਰਿਹਾ ਉਹਨੂੰ ਤਦਾਰਕ ਕਰਨ ਵਾਸਤੇ, ਕਿਉਂਕਿ ਸਾਡੀ ਨਜ਼ਰ ਦੇ ਵਿੱਚ ਉਹ ਬੰਦਾ ਅਹਿਮ ਹੈ ਜਿਹਨੇ ਖਾਣਾ ਖਾਣਾ ਹੈ। ਆਵਾਮ, ਬੱਚੇ, ਖਵਾਤੀਨ ਉਹ ਅਹਿਮ ਨੇ, ਉਹਨਾਂ ਦੀ ਸਿਹਤ ਜ਼ਿਆਦਾ ਅਹਿਮ ਹੈ, ਨਾ ਕਿ ਇਸ ਤਰ੍ਹਾਂ ਦੇ ਮਿਲਾਵਟ ਕਰਨ ਵਾਲੇ ਦਾ ਕਾਰੋਬਾਰ। ਮਿਲਾਵਟ ਵਾਲਿਆਂ ਵਾਸਤੇ ਕੋਈ ਮਾਫ਼ੀ ਨਹੀਂ, ਕੋਈ ਮਾਫ਼ੀ ਨਹੀਂ ਜੀ। ਆਪਣਾ ਸਾਈ ਸਾਹਿਬ, ਤੁਸੀਂ ਇਸ ਮੌਕੇ 'ਤੇ ਕੀ ਪੈਗਾਮ ਦਿਓਗੇ? ਬਹੁਤ ਸਾਰੇ ਐਸੇ ਮਾਮਲੇ ਨੇ ਜਿਹੜੇ ਸਾਡੀਆਂ ਆਪਣੀਆਂ ਚੀਜ਼ਾਂ ਨੂੰ ਸਾਡੀ ਹੈਲਥ ਖਰਾਬ ਕਰਨ ਦਾ ਹਿੱਸਾ ਬਣਦੇ ਨੇ, ਅਤੇ ਬਜਾਏ ਇਸ ਗੱਲ ਦੇ ਕਿ ਸਾਡੇ 'ਤੇ ਗਵਰਨਮੈਂਟ ਦੇ ਅਦਾਰੇ ਆ ਕੇ ਐਕਸ਼ਨ ਲੈਣ, ਸਾਨੂੰ ਸੁਸਾਇਟੀ ਦੇ ਤੌਰ 'ਤੇ ਵੀ ਕੰਮ ਕਰਨਾ ਚਾਹੀਦਾ ਔਰ ਚੀਜ਼ਾਂ ਨੂੰ ਬਿਹਤਰ ਬਣਾਉਣਾ ਚਾਹੀਦਾ ਹੈ, ਤਾਂ ਕਿ ਆਪਣੀ ਵੀ ਸਿਹਤ ਠੀਕ ਰਹੇ ਔਰ ਜਿਨ੍ਹਾਂ ਨੂੰ ਅਸੀਂ ਚੀਜ਼ਾਂ ਸਪਲਾਈ ਕਰ ਰਹੇ ਹਾਂ ਉਹਨਾਂ ਲੋਕਾਂ ਦਾ ਵੀ ਸਿਹਤ ਜਿਹੜੀ ਉਹ ਬਿਲਕੁਲ ਸਹੀ ਹੈ। ਨਾਜ਼ਰੀਨ, ਅਸੀਂ ਜਿਹੜੇ ਹਸਪਤਾਲ ਨੇ ਆਬਾਦ ਨਹੀਂ ਕਰ ਰਹੇ, ਗਰਾਊਂਡਸ ਜਿਹੜੀਆਂ ਨੇ ਆਬਾਦ ਕਰ ਰਹੀਆਂ। ਗਰਾਊਂਡਸ ਤਾਂ ਹੀ ਆਬਾਦ ਹੁੰਦੀਆਂ ਜੇ ਅੱਛੀ ਅਸੀਂ ਖੁਰਾਕ ਲਵਾਂਗੇ। ਅੱਛੀ ਖੁਰਾਕ ਵਾਸਤੇ ਇਹ ਕੋਸ਼ਾਂ ਨੇ ਲੋਕਾਂ ਨੂੰ ਸਜ਼ਾਵਾਂ ਦੇ ਰਹੇ ਨੇ, ਸਜ਼ਾਵਾਂ ਦੇਣਾ ਇਹਨਾਂ ਦਾ ਬੁਨਿਆਦੀ ਮਿਸ਼ਨ ਨਹੀਂ ਹੈ। ਮਿਸ਼ਨ ਇਹ ਹੀ ਹੈ ਕਿ ਲੋਕ ਇਸ ਚੀਜ਼ ਤੋਂ ਬਾਜ਼ ਆ ਜਾਣ। ਅਸੀਂ ਮੁਸਲਮਾਨ ਹਾਂ ਅਤੇ ਇਸਲਾਮ ਵੀ ਇਹ ਕਹਿੰਦਾ ਕਿ ਮਿਲਾਵਟ ਨਹੀਂ ਕਰਨੀ। ਤੁਸੀਂ ਜਦ ਮਿਲਾਵਟ ਨਾ ਕਰਕੇ ਵੀ ਤੁਹਾਨੂੰ ਮਕੂਲ ਮੁਨਾਫਾ ਮਿਲਦਾ ਤਾਂ ਫਿਰ ਜ਼ਰੂਰਤ ਕੀ ਪਈ? ਜਨਾਬ ਮੁਹੰਮਦ ਆਸਮ ਜਵੇਦ ਸਾਹਿਬ ਔਰ ਜਨਾਬ ਅਲੀ ਸਾਈ ਸਾਹਿਬ, ਤੁਸੀਂ ਦੋਨੋਂ ਮੌਜੂਦ ਮਹਿਮਾਨ ਸਾਡੇ ਸਟੂਡੀਓਜ਼ ਦੇ ਵਿੱਚ ਤਸ਼ਰੀਫ ਲਿਆਏ, ਤੁਹਾਡੀ ਆਮਦ ਦਾ ਬੇਹੱਦ ਸ਼ੁਕਰੀਆ। ਨਾਜ਼ਰੀਨ, ਇਹਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ। ਇਜਾਜ਼ਤ ਦਿਓ, ਅੱਲਾ ਬੇਲੀ।